ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾ ਨਵਜੀਤ ਦੇਸ਼ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਫਿਰ ਚਰਚਾ ਕਰਾਂਗੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਬਹੁਤ ਸਾਰੀਆਂ ਖਬਰਾਂ ਨੇ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਰਦੇ ਆ ਰਾਮ ਰਹੀਮ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਾਈ ਹੈ ਇਹ ਮਾਮਲਾ ਕੀ ਆ ਪੰਨੂ ਸਾਹਿਬ ਦੇਖੋ ਪੂਰਾ ਵਿਸਥਾਰ ਤਾਂ ਨਵਜੀਤ ਜੀ ਅਜੇ ਤੱਕ ਆਇਆ ਨਹੀਂ ਜੀ ਪਰ ਜਿੰਨਾ ਕਿ ਆਇਆ ਉਹਦੇ ਤੋਂ ਲੱਗਦਾ ਕਿ ਮੁੜ ਵਿਚਾਰ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਪਹਿਲੀਆਂ ਗਲਤੀਆਂ ਜਾਂ ਆਪਣੇ ਤੋਂ ਪਹਿਲੀਆਂ ਦੀਆਂ ਕੀਤੀਆਂ ਗਲਤੀਆਂ ਜਾਂ ਆਪਣੇ ਨਾਲ ਮਿਲ ਕੇ ਚੱਲਣ ਵਾਲੀ ਪਾਰਟੀ ਦੇ ਲੀਡਰਾਂ ਦੀ ਸਰਕਾਰ ਹੋਣ ਸਮੇਂ ਕੀਤੀਆਂ ਗਲਤੀਆਂ ਜਿਹੜੀਆਂ ਉਹਨਾਂ ਤੇ ਪੋਚਾ ਮਾਰਨ ਲੱਗੀ। ਹੂੰ ਇੱਕ ਘਟਨਾ ਵਾਪਰੀ ਸੀ 2007 ਦੇ ਵਿੱਚ ਸੱਚੇ ਸੌਦੇ ਡੇਰੇ ਦੇ ਮੁਖੀ ਨੇ 10ਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਰਗਾ ਜੋੜਾ ਪਾ ਕੇ ਇੱਕ ਸਾੰਗ ਰਚਿਆ ਸੀ। ਹੂੰ ਇਹ ਸਾਰੇ ਉਹਨੂੰ ਸਾੰਗ ਆਖੀ ਜਾਂਦੇ ਪੰਜਾਬੀ ਚ ਸਾੰਗ ਹੁੰਦਾ। ਜੀ ਉਹਨੇ ਸਾੰਗ ਬਣਾਇਆ ਸੀ। ਉਸ ਸੰਗ ਦੇ ਉੱਤੇ ਰੌਲਾ ਪਾਇਆ ਸਿੱਖ ਭਾਈਚਾਰਾ ਸਾਰੇ ਜਿਹੜਾ ਸੀ ਉਹ ਇਸ ਗੱਲ ਤੇ ਨਾਰਾਜ਼ ਸੀਗਾ ਹਾਲਾਤ ਵਿਗੜੇ ਕਰਫਿਊ ਲੱਗੇ ਉਹਦੇ ਤੋਂ ਬਾਅਦ ਕੇਸ ਦਰਜ ਹੋਏ ਉਹਦੇ ਖਿਲਾਫ ਕੇਸ ਦਰਜ ਹੋ ਗਿਆ ਕੇਸ ਚੱਲਦਾ ਰਿਹਾ ਅਕਾਲੀ ਪਾਰਟੀ ਆਪਣੀਆਂ ਰਾਜਨੀਤਿਕ ਲੋੜਾਂ ਵਾਸਤੇ ਕਦੇ ਉਹਦੀਆਂ ਜਿਹੜੀਆਂ ਪਾਬੰਦੀਆਂ ਵਧਾ ਦਿੰਦੀ ਸੀ ਕਦੇ ਘਟਾ ਦਿੰਦੀ ਸੀ ਕਦੇ ਕੇਸ ਵਜੋਂ ਸਖਤੀ ਕਰਦੀ ਸੀ ਕਦੇ ਢਿੱਲ ਦਿੰਦੀ ਸੀ ਕਦੇ ਆਪਣੇ ਬੰਦੇ ਭੇਜ ਕੇ ਉੱਥੇ ਗੱਲ ਕਰਦੀ ਸੀ ਕਦੇ ਉਹਨਾਂ ਦੇ ਬੰਦੇ ਭੇਜ ਕੇ ਇੱਥੇ ਗੱਲ ਮਕਾਉਣ ਲਈ ਮੀਟਿੰਗਾਂ ਕਰਦੀ ਸੀ ਕਦੇ ਫਿਰ ਚੋਣਾਂ ਆਈਆਂ ਤਾਂ ਆਪਣੇ ਸਾਰੇ ਬੰਦਿਆਂ ਨੂੰ ਕਹਿੰਦੇ ਸੀ ਜਾਓ ਲਾਈਨ ਬਣ ਕੇ ਤੇ ਉਸ ਬਾਬੇ ਦੇ ਅੱਗੇ ਅਰਜ਼ ਕਰਕੇ ਆਓ ਕਿ ਉਹ ਤੁਹਾਡੇ ਵੋਟਾਂ ਦਾ ਪ੍ਰਬੰਧ ਕਰ ਦੇਵੇ ਹੂੰ ਹੁਣ ਉਹ ਜਿਹੜੇ ਉੱਥੇ ਡਰਾਮੇ ਹੁੰਦੇ ਰਹੋ ਉਦੋਂ ਉਨ੍ਹਾਂ ਵਿੱਚ ਇੱਕ ਇਹ ਸੀ ਕਿ 2012 ਦੀਆਂ ਚੋਣਾਂ ਦੇ ਵਿੱਚ ਸੱਚੇ ਸੌਦੇ ਵਾਲਿਆਂ ਨੇ ਚੋਣਾਂ ਤੋਂ 2 ਦਿਨ ਪਹਿਲਾਂ ਸਾਰੇ ਥਾਂ 'ਤੇ মিডিਆ ਚੇਸ ਨੇ ਆਪ ਭੇਜਿਆ ਕਿ ਅਸੀਂ ਕਾਂਗਰਸ ਦੀ ਮਦਦ ਕਰਨੀ ਆ ਅਕਾਲੀਆਂ ਤੋਂ ਤੰਗ ਬਣਿਆ। ਜੀ ਵੋਟਾਂ ਪੈਣ ਤੋਂ ਬਾਅਦ ਸ਼ਾਮ ਨੂੰ ਖਬਰ ਆਈ ਕਿ ਗੱਡੀਆਂ ਇਹਨਾਂ ਨੇ ਕਾਂਗਰਸ ਤੋਂ ਲਈਆਂ, ਤੇਲ ਵੀ ਉਹਨਾਂ ਤੋਂ ਪੜਿਆ ਤੇ ਇੱਥੋਂ ਤੱਕ ਕਿ ਰਾਹ ਦਾ ਖਾਣ-ਪੀਣ ਦਾ ਸਮਾਨ ਵੀ ਇਹਨਾਂ ਦੇ ਬੰਦਿਆਂ ਨੇ ਕਾਂਗਰਸੀਆਂ ਤੋਂ ਲਿਆ। ਪਰ ਵੋਟਾਂ ਅਕਾਲੀਆਂ ਨੂੰ ਪਵਾਤੀਆਂ ਪਤਾ ਨਹੀਂ ਕਿਉਂ ਅਗਲੇ ਦਿਨ ਖਬਰ ਆਈ ਕਿ ਇੱਕ ਥਾਣੇਦਾਰ ਤੋਂ ਇੱਕ ਐਫੀਟਿਵਡ ਦਵਾਇਆ ਗਿਆ ਅਦਾਲਤ ਵਿੱਚ ਇੱਕ ਇਸ ਕੇਸ ਦੇ ਵਿੱਚ ਕੱਖ ਨਹੀਂ ਇਹ ਵਾਪਸ ਲੈ ਲਿਆ ਜਾਵੇ ਤੇ ਜੱਜ ਨੇ ਉਹ ਐਫੀਟਿਵਡ ਲੈ ਲਿਆ ਤੇ ਇੱਕ ਸਮਝੌਤਾ ਹੋ ਗਿਆ ਅਕਾਲੀਆਂ ਦਾ ਤੇ ਸੱਚੇ ਸੌਦੇਵਾਲਿਆਂ ਦਾ ਤੇ ਸੱਚੇ ਸੌਦੇਵਾਲਿਆਂ ਨੇ ਬੜਾ ਵੱਡਾ ਡਰਾਮਾ ਕੀਤਾ ਇੱਕ ਫਰਾਡ ਕੀਤਾ ਕਿ ਕਾਂਗਰਸੀਆਂ ਨੂੰ ਕਹਿ ਕੇ ਤੁਹਾਡੀ ਮਦਦ ਕਰਨੀਆਂ ਤੇ ਮਦਦ ਕਰਦੀ ਆ ਅਕਾਲੀ ਦਲ ਦੇ ਇਹ ਗੱਲ ਜਦੋਂ ਬਾਹਰ ਨਿਕਲੀ ਅਗਲੇ ਦਿਨੀ ਇੱਥੇ ਪੰਜਾਬ ਚ ਪੜਥੂ ਪਿਆ ਗਿਆ ਇਹਨਾਂ ਨੇ ਖੜੇ ਪੈਰ ਉਹ ਆਪਿਆ ਸਫਾਈਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਜਿਹੜਾ ਕੇਸ ਦਾ ਮਦਈ ਸੀ ਬਠਿੰਡੇ ਦੇ ਵਿੱਚ ਬੈਠਾ ਇੱਕ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਚੋਂ ਉਹਨੇ ਜਾ ਕੇ ਅਰਜੀ ਦੇ ਦਿੱਤੀ ਜੀ ਮਦਈ ਤਾਂ ਮੈਂ ਆ ਥਾਣੇਦਾਰ ਕੇਸ ਕਿਦਾਂ ਵਾਪਸ ਲੈ ਸਕਦਾ ਕੇਸ ਚੱਲਦਾ ਰੱਖੋ ਪਹਿਲਾਂ ਸਿੱਖ ਪੜਕੇ ਸੀ ਬਸ ਸੱਚੇ ਸੋਧਿਆ ਵਾਲੇ ਪੜਕੁੱਠੇ ਵੀ ਸਾਡੇ ਨਾਲ ਗੱਲ ਕਰਕੇ ਵੋਟਾਂ ਸੜ ਤੋਂ ਲੈ ਲਈਆਂ ਇਸ ਵੇਰ ਚੱਲਦਾ ਰੱਖ ਲਿਆ ਜੀ ਉਹਦੇ ਬਾਅਦ 2014 ਦੀਆਂ ਚੋਣਾਂ ਆਈਆਂ ਲੋਕ ਸਭਾ ਦੀਆਂ ਉਹਨਾਂ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੀਟਿੰਗਾਂ ਕੀਤੀਆਂ ਮੁਹਾਲੀ ਦੇ ਐਸਐਸਪੀ ਦੇ ਘਰ ਤੇ ਹੋਰ ਥਾਈਂ ਪੰਜ ਸਿੰਘ ਸਹਿਬਾਂ ਨੂੰ ਉੱਥੇ ਐਸਐਸਪੀ ਦੇ ਘਰ ਬਿਠਾ ਛੱਡੇ ਮੀਟਿੰਗਾਂ ਕਰਨ ਵਾਸਤੇ ਵੀ ਗੱਲ ਮਕਾਉਣੀ ਆ ਹੂੰ ਗੱਲ ਮੁੱਕੀ ਨਹੀਂ ਪਰ ਇੱਕ ਅੰਦਰ ਖਾਤੇ ਸਮਝੌਤਾ ਹੋ ਗਿਆ ਵੋਟਾਂ ਤੁਸੀਂ ਪਵਾ ਦਿਓ ਸਾ ਸੌਖਾ ਕਰ ਦਿਆਂਗੇ ਉਹ ਵੀ ਆਪਣੀ ਥਾਂ ਤੇ ਇਹਨਾਂ ਨੂੰ ਹਾਂ ਕਰ ਗਏ ਪਰ ਉਹਨਾਂ ਪੂਰੀ ਮਦਦ ਨਹੀਂ ਕੀਤੀ ਇਹਦਾ ਫੇਰ ਕੇਸ ਦੇ ਵਿੱਚ ਤੌਰ ਤਿੱਖੀ ਕਰਤੀ ਉਹ ਤੰਗ ਹੋਣ ਲੱਗ ਪਏ 2015 ਦੇ ਵਿੱਚ ਆਪੋਚ ਸਹਿਮਤੀ ਬਣ ਗਈ ਤੇ ਉਹ ਸਹਿਮਤੀ ਤੋਂ ਬਾਅਦ ਇਹਨਾਂ ਨੇ ਇੱਕ ਆਈਜੀ ਤੋਂ ਝੂਠਾ ਐਫੀਆਰ ਡਿਵਲਪ ਦਵਾਤਾ ਵੀ ਉਹ ਬਾਬਾ ਤਾਂ ਉਸ ਦਿਨ ਇੱਥੇ ਨਹੀਂ ਸੀ ਜਿਸ ਦਿਨ ਕਹਿੰਦੇ ਉਹਨੇ ਦਸਵੇਂ ਗੁਰੂ ਸਾਹਿਬ ਵਰਗਾ ਸੰਕ ਕੀਤਾ ਜਦ ਕਿ ਬਾਬਾ ਆਪਣੇ ਬਿਆਨਾਂ 'ਚ ਲਿਖਾ ਚੁੱਕਾ ਸੀ ਕਿ ਮੈਂ ਉਸ ਦਿਨ ਇੱਥੇ ਸੀ ਤੇ ਮੈਂ ਹੀ ਕੀਤਾ ਸੀ ਜੀ ਉਸ ਝੂਠੇ ਐਫੀਡੇਵਿਟ ਦੇ ਉੱਤੇ ਜੱਜ ਨੇ ਬਾਬੇ ਦਾ ਖਹਿੜਾ ਛੱਡ ਦਿੱਤਾ ਇਹਨਾਂ ਨੇ ਜੱਜ ਦੀ ਪਤਨੀ ਨੂੰ ਪੰਜਾਬ ਸਰਕਾਰ ਦੇ ਇੱਕ ਕਮਿਸ਼ਨ ਦੀ ਮੈਂਬਰ ਬਣਾ ਦਿੱਤਾ ਜਦ ਕਿ ਉਹਦੀ ਹੱਕਦਾਰੀ ਨਿਸ ਕਿਸੇ ਤਰੀਕੇ ਬਣਦੀ ਬਿਲਕੁਲ ਵੋਟਾਂ ਇਹਨਾਂ ਨੇ ਲੈ ਲਈਆਂ ਗੱਲ ਇਹਨਾਂ ਦੀ ਫੇਰ ਨਾ ਬਣੀ ਉਹ ਹੁਣ ਸਾਰੇ ਮਾਮਲੇ ਖੁੱਲ ਚੁੱਕੇ ਆ ਤੇ ਇਸ ਵੇਲੇ ਅਕਾਲੀ ਦਲ ਦੀ ਲੀਡਰਸ਼ਿਪ ਬੜੀ ਕਸੂਤੀ ਫਸੀ ਪਈ ਆ ਮਾਮਲਾ ਅਕਾਲ ਤਖਤ ਸਾਹਿਬ ਦੇ ਕੋਲ ਉਦੋਂ ਦੇ ਕੇਸ ਵਾਪਸ ਲੈਣ ਵਾਲੀ ਘਟਨਾ ਵਿੱਚ ਸਾਰੇ ਖੁੱਲ ਚੁੱਕੇ ਆ ਤੇ ਹੁਣ ਪਤਾ ਲੱਗਾ ਕਿ ਇਹਨਾਂ ਨੇ ਅਚਾਨਕ ਜਾ ਕੇ ਇੱਕ ਅਰਜੀ ਦੇਤੀ ਹਾਈ ਕੋਰਟ ਚ ਕਿ ਉਦੋਂ ਵਾਲਾ ਕੇਸ ਜਿਹੜਾ ਜੱਜ ਨੇ ਰੱਦ ਕਰ ਦਿੱਤਾ ਸੀ 2015 ਚ ਉਹ ਦੁਬਾਰਾ ਖੋਲਿਆ ਜਾਵੇ ਕਿਉਂਕਿ ਉਦੋਂ ਉਹਦੇ ਉੱਤੇ ਰੇਪ ਤੇ ਕਤਲ ਦੇ ਕੇਸ ਜਿਹੜੇ ਉਹਦੇ ਸਾਹਮਣੇ ਨਹੀਂ ਸੀ ਆਏ ਆਏ ਵੀ ਸੀ ਤੇ ਸਾਬਤ ਨਹੀਂ ਸੀ ਹੋਏ ਤੇ ਹੁਣ ਤੇ ਸਾਬਤ ਹੋ ਚੁੱਕਾ ਉਹ ਕੇਸ ਵੀ ਦੁਬਾਰਾ ਖੋਲ ਦਿੱਤਾ ਜਾਵੇ ਇਦਾਂ ਦੀਆਂ ਗੱਲਾਂ ਜਿਹੜੀਆਂ ਆ ਮੇਰੇ ਕੋਲ ਕੋਈ ਫਰਸਟ ਹੈਂਡ ਇਨਫੋਰਮੇਸ਼ਨ ਹੈ ਨਹੀਂ ਇਹ ਮੈਂ ਸਾਫ਼ ਕਹਾਂ ਜੀ ਜੀ ਇੱਕ ਦੋ ਅਖਬਾਰਾਂ ਦੀਆਂ ਸਾਈਟਾਂ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਮੈਂ ਉਹਦੇ ਆਧਾਰ ਤੇ ਕਹਿਣ ਰਿਹਾ ਕਿ ਉਹ ਪੁਰਾਣੀਆਂ ਗਲਤੀਆਂ ਨੂੰ ਦਰੁਸਤ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਤਾ ਲੱਗਾ ਕਿ ਇੱਕ ਵਾਰੀ ਫਿਰ ਹਾਈ ਕੋਰਟ ਪਹੁੰਚੀ ਆ ਅੱਗੇ ਉੱਥੇ ਜਾ ਕੇ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਸਾਰਾ ਕੁਝ ਬਾਅਦ ਵਿੱਚ ਵੇਖਿਆ ਜਾਊ ਪਹਿਲੀ ਗੱਲ ਇਹ ਆ ਕਿ ਇਦਾਂ ਲੱਗਦਾ ਕਿ ਇਹ ਕੇਸ ਹੁਣ ਇੱਕ ਵਾਰੀ ਫੇਰ ਵੱਡੇ ਵਿਵਾਦ ਦਾ ਵਿਸ਼ਾ ਬਣ ਸਕਦਾ ਅਗਲੇ ਦਿਨਾਂ ਚ ਬਹਿਸ ਇਹਦੇ ਘੇਰੇ ਕਰੇ ਇੱਕ ਵਾਰੀ ਘੁੰਮ ਸਕਦੀ ਹੈ ਇਹ ਨਵੀਂ ਕਿਸਮ ਦਾ ਮਾਹੌਲ ਹੈ ਜਿਹੜਾ ਅੱਜ ਦੁਪਹਿਰ ਦੀ ਖਬਰ ਤੋਂ ਲੱਗਦਾ ਕਿ ਪੱਕ ਸਕਦਾ ਜੀ ਪੰਸਾ ਵੇਤਾ ਹੋਗੀ ਰਾਮ ਰਹੀਮ ਦੀ ਗੱਲ ਹਾਈ ਕੋਰਟ ਤੇ ਮਾਮਲਾ ਪਹੁੰਚਿਆ ਉਧਰ ਗੱਲ ਸੁਪਰੀਮ ਕੋਰਟ ਦੀ ਕਰਨੀ ਹੈ ਸ਼ਾਨਨ ਬਿਜਲੀ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ ਜੀ ਇਹ ਗੱਲ ਕਿੱਧਰੋਂ ਜਾਂਦੀ ਪਈ ਹੈ ਹੁਣ ਜਦੋਂ 1926 ਚ ਸਮਝੌਤਾ ਹੋਇਆ ਸੀ ਉਦੋਂ ਜਗਿੰਦਰ ਨਗਰ रियासत ਹੁੰਦੀ ਸੀਗੀ ਉਹ ਪੰਜਾਬ ਦੇ ਵਿੱਚ ਹੀ ਸੀਗੀ ਉਦੋਂ ਜਿਹੜਾ ਪੰਜਾਬ ਦਾ ਗਵਰਨਰ ਸੀ ਉਹਦੇ ਨਾਲ ਇੱਕ ਸਮਝੌਤਾ ਹੋਇਆ ਸੀ ਉੱਥੇ ਇੱਕ ਡੈਮ ਬਣਾਇਆ ਗਿਆ ਉਹ ਨਦੀ ਦੇ ਉੱਤੇ ਤੇ 99 ਸਾਲ ਦੀ ਲੀਜ਼ ਦੇ ਉੱਤੇ ਪੰਜਾਬ ਨੂੰ ਦਿੱਤਾ ਗਿਆ ਜਦੋਂ ਹਿਮਾਚਲ ਪ੍ਰਦੇਸ਼ ਵੱਖਰਾ ਹੋਇਆ ਸੀ ਉਦੋਂ ਹਿਮਾਚਲ ਪ੍ਰਦੇਸ਼ ਵਾਲੇ ਕਹਿ ਦਿੰਦੇ ਕਿ ਪੰਜਾਬ ਦੇ ਵਿੱਚੋਂ ਜਦੋਂ ਹਿਮਾਚਲ ਵੱਖਰਾ ਹੋ ਰਿਹਾ ਤੇ ਹਿਮਾਚਲ ਦੇ ਵਿੱਚ ਜਿਹੜੀ ਜ਼ਾਇਦਾ ਜ਼ਿੰਦਦਰ ਹੁੰਦੀ ਹੈ ਉਹਦੇ ਵਿੱਚਲਾ ਡੈਮ ਵੀ ਉਹਨਾਂ ਦਾ ਸ਼ਾਇਦ ਉਦੋਂ ਉਹਨਾਂ ਦੀ ਗੱਲ ਉਹ ਬਣ ਜਾਂਦੀ। ਉਦੋਂ ਉਹਨਾਂ ਨੇ ਇਸ ਗੱਲ ਦਾ ਖਿਆਲ ਨਾ ਕੀਤਾ ਤੇ ਇਹ ਸੋਚਿਆ ਕਿ ਇਸ ਡੈਮ ਦੀ ਸਾਨੂੰ ਲੋੜ ਕੋਈ ਨਹੀਂ ਤੇ ਨਲੇ ਦਾ 99 ਸਾਲ ਦਾ ਸਮਝੌਤਾ ਪੰਜਾਬ ਸਰਕਾਰ ਨਾਲ ਐ। ਇਦਾਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ 7-8 ਰੈਸਟ ਹਾਊਸ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੀ ਹੱਦ ਚ ਆ ਸਾਂਝੇ ਪੰਜਾਬ ਦੇ ਸੀ। ਜੇ ਉਹਦਾ ਸਵਾਲ ਲਿੰਦੇ ਚਾਰਜ ਲੈ ਲਿੰਦੇ ਲੈ ਲਿੰਦੇ ਨਹੀਂ ਲਿਆ ਉਹ ਅਜੇ ਤੱਕ ਵੀ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਤੇ ਹੈਗੇ ਹਿਮਾਚਲ ਚਾ ਮਿਸਾਲ ਦੇ ਤੌਰ ਤੇ ਡਲੋਜੀ ਤੋਂ ਜਦੋਂ ਡਲੋਜੀ ਨੂੰ ਜਦੋਂ ਜਾਣੇ ਪਠਾਨਕੋੜ ਤੋਂ ਤੇ ਰਸਤੇ ਚ ਦਨੇਰੇ ਤੋਂ ਅੱਗੇ ਜਾ ਕੇ ਹਿਮਾਚਲ ਚ ਵੜਦੇ ਸਾਰੀ ਸੌ ਗਜ ਅੱਗੇ ਜਾ ਕੇ ਪਹਾੜੀ ਦੇ ਉੱਤੇ ਕਟੋਰੀ ਰੈਸਟ ਹੁੰਦਾ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਰੱਖਿਆ ਗਿਆ ਸੀ ਉਹ ਹੈਗਾ ਹਿਮਾਚਲ ਪ੍ਰਦੇਸ਼ ਚਾ ਪਰ ਪੰਜਾਬ ਦਾ ਹਿਮਾਚਲ ਵਾਲਾ ਨੇ ਉਦੋਂ ਉਹਨੂੰ ਸੰਭਾਲਿਆ ਨਹੀਂ ਤੇ ਉਹ ਪੰਜਾਬ ਦੇ ਰਹਿ ਗਿਆ ਇਸੇ ਤਰ੍ਹਾਂ ਇਹ ਡੈਮ ਹੈ ਹੁਣ ਤੱਕ ਚੱਲਦਾ ਆ ਸੀ ਹੁਣ ਹਮਾ ਚਿਲ ਵਾਲਿਆਂ ਨੇ ਕਹਿਤਾ ਜੀ 99 ਸਾਲ ਪੂਰੇ ਹੋਏ ਤੇ ਅਗਲੇ ਸਾਲ ਜਨਵਰੀ ਚ ਆਹੀ ਉਹਦਾ ਚਾਰਜ ਸੰਭਾਲ ਲੈਣਾ ਪੰਜਾਬ ਸਰਕਾਰ ਕਹਿੰਦੀ ਹੈ ਜੀ ਇਦਾਂ ਨਹੀਂ ਤੁਸੀਂ ਸੰਭਾਲ ਸਕਦੇ ਇਹ ਮਾਮਲਾ ਜਿਹੜਾ ਕਿਉਂਕਿ ਸਾਡੇ ਨਾਲ ਹੋਇਆ ਇਹ ਲੀਜ਼ ਰੀਨਿਊ ਕੀਤੀ ਜਾ ਸਕਦੀ ਹੈ ਇਦਾਂ ਕੱਟੀ ਨਹੀਂ ਜਾ ਸਕਦੀ ਇਦਾਂ ਦੇ ਫਿਰ ਪੁਰਾਣੇ ਕਈ ਸਮਝੌਤੇ ਉਸ ਵਕਤ ਦੇ ਆ ਜਿਹੜੀਆਂ ਲੀਜ਼ ਜਿੱਥੇ-ਜਿੱਥੇ ਵੀ ਉਹ ਕਟੀਆਂ ਜਾਣ ਤੇ ਬਹੁਤ ਖਿਲਾਰੇ ਪੈਣਗੇ ਜੀ ਫਿਰ ਤਾਂ ਮਹਾਰਾਜਾ ਪਟਿਆਲਾ ਦੀਆਂ ਕੁਝ ਜਾਇਦਾਦਾਂ ਉੱਥੇ ਸੀ ਜਿਹੜੀਆਂ ਜਾਇਦਾਦਾਂ ਉਹਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਤੀਆਂ ਸੀ ਹਿਮਾਚਲ ਪ੍ਰਦੇਸ਼ ਸਰਕਾਰ ਵਰਤ ਸਕਦੀ ਸੀ ਅੱਗੇ ਨਹੀਂ ਸੀ ਦੇ ਸਕਦੀ ਪਰ ਤੁਸੀਂ ਉਹ ਵੀ ਅੱਗੇ ਦੇਤੀਆਂ ਨੇ ਇੱਕ ਜਾਇਦਾਦ ਤੇ ਇਦਾਂ ਦੀ ਹੈ ਜਿਹੜੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਪਤੰਜਲੀ ਪੀਠ ਨੂੰ ਵੀ ਦੇਤੀ ਸੀ ਮਹਾਰਾਜਾ ਪਟਿਆਲਾ ਦੀ ਸੀ ਇਦਾਂ ਦੀਆਂ ਕਈ ਚੀਜ਼ਾਂ ਨੇ ਉਹ ਕੇਸ ਅਦਾਲਤ ਵਿੱਚ ਗਿਆ ਤੇ ਉਸ ਵਕਤ ਦੀ ਪੰਜਾਬ ਦੀ ਸਰਕਾਰ ਨੇ ਪੈਰ ਵੀ ਨਹੀਂ ਕੀਤੀ ਤੇ ਹਿਮਾਚਲ ਦੀ ਸਰਕਾਰ ਤਾਂ ਆਪ ਦਿੰਦੀ ਪਈ ਸੀ ਪੈਰਵੇ ਕਿਨੇ ਕਰਨੀ ਸੀ ਉਹ ਵੀ ਕੇਸ ਸਾਰੇ ਫਿਰ ਪੁੱਟੇ ਜਾ ਸਰ ਬਹੁਤ ਸਾਰੇ ਹੋਰ ਕੇਸ ਪੁੱਟੇ ਜਾ ਸਕਦੇ ਆ ਇਸ ਕਰਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਗਈ ਸੀ ਕਿ ਹਿਮਾਚਲ ਨੂੰ ਇਹੋ ਜੀ ਦਿਲਵਦੀ ਕਰਨ ਤੋਂ ਇਹੋ ਜਿਹਾ ਕੰਮ ਕਰਨ ਤੋਂ ਰੋਕਿਆ ਜਾਵੇ ਇਹ ਲੀਜ਼ ਜਿਹੜੀ ਚੱਲਦੀ ਪਈ ਹੈ ਚੱਲਦੀ ਰਹਿਣੀ ਚਾਹੀਦੀ ਹੈ ਔਰ ਡੈਮ ਦੇ ਉੱਤੇ ਪੰਜਾਬ ਦਾ ਕੰਟਰੋਲ ਉਹਦਾ ਪਾਣੀ ਪੰਜਾਬ ਨੂੰ ਆਉਂਦਾ ਅਸੀਂ ਸੰਭਾਲਦੇ ਆ ਸਾਡੇ ਕੋਲ ਰਹਿਣਾ ਚਾਹੀਦਾ ਹੁਣ ਹਮਾਚਲ ਪ੍ਰਦੇਸ਼ ਦੀ ਸਰਕਾਰ ਪੰਜਾਬ ਦੇ ਖਿਲਾਫ ਸੁਪਰੀਮ ਕੋਰਟ ਚ ਚਲੀ ਗਈ ਹੈ ਦੋਵੇਂ ਤਰ੍ਹਾਂ ਉੱਥੇ ਨੇ ਉੱਥੇ ਜਾ ਕੇ ਕੇਸ ਦੇ ਗੁਣਦੋਸ਼ ਦੀ ਪੜਤਾਲ ਵੀ ਹੋਣੀ ਆ ਕਈ ਪੱਖ ਉੱਥੇ ਪੇਸ਼ ਹੋਣੇ ਆ ਸਾਡਾ ਪਿਛਲਾ ਤਜਰਬਾ ਇਹ ਆ ਕਿ ਕਈ ਵਾਰੀ ਜਾ ਕੇ ਫੈਸਲਾ ਹੋਤਾ ਜਾਂਦਾ ਪਰ ਉਹ ਬਹੁਤੀ ਵਾਰੀ ਇਹ ਲੱਗਦਾ ਹੁੰਦਾ ਜਿਵੇਂ ਇਨਸਾਫ ਨਹੀਂ ਹੋਇਆ ਕਿਉਂਕਿ ਜਿੰਨਾ ਤਰ੍ਹਾਂ ਨੇ ਪੈਰਵੀ ਕਰਨੀ ਆ ਉਹ ਪੂਰੀ ਪੈਰਵੀ ਨਹੀਂ ਕਰਦੀਆਂ ਰਹੀਆਂ ਸਾਡੇ ਪੰਜਾਬ ਦੇ ਪਾਣੀਆਂ ਦਾ ਸਤਲੁਜ ਜਮਨਾ ਲਿੰਕ ਨਹਿਰ ਵਾਲਾ ਮਾਮਲਾ ਉਹ ਜਾ ਕੇ ਸੁਪਰੀਮ ਕੋਰਟ ਜਦੋਂ ਪੇਸ਼ ਹੋਇਆ ਸੀ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਤੇ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਉਸ ਵਕਤ ਦੇ ਸਰਕਾਰ ਦੇ ਜਿਹੜੇ ਅੱਗੇ ਸਨ ਪੈਰੋਕਾਰ ਉਹਨਾਂ ਨੇ ਜਾ ਕੇ ਪੂਰੀ ਪੈਰਵੀ ਨਹੀਂ ਸੀ ਕੀਤੀ ਪੰਜਾਬ ਦੇ ਖਿਲਾਫ ਫੈਸਲਾ ਤਾਂ ਹੰਦਾਰਿਆ ਸੀ ਨਹੀਂ ਤੇ ਪੰਜਾਬ ਦਾ ਕੇਸ ਤਾਂ ਸਾਲਿਡ ਸੀ ਜੀ ਹੁਣ ਉਹ ਦੁਬਾਰਾ ਜਿਹੜੇ ਨਵੇਂ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਨੇ ਸਾਂਝੀਆਂ ਮੀਟਿੰਗਾਂ 'ਚ ਵੀ ਹੋਰ ਥਮਾਂ ਤੇ ਵੀ ਜਾ ਕੇ ਆਪਣਾ ਪੱਖ ਪੇਸ਼ ਕੀਤਾ ਤੇ ਹਰਿਆਣੇ ਦੀ ਸਰਕਾਰ ਨੂੰ ਰਾਹਤ ਕੋਈ ਲੱਭਦਾ ਨਹੀਂ ਆਖੀ ਜਾਂਦੇ ਜੀ ਇਹ ਤਾਂ ਰਾਜ ਸੀ ਢੁੱਟਣਾ ਡੋਂਦੇ ਨੇ ਰਾਜ ਸੀ ਟੁੱਟਰਾ ਇਹ ਨਹੀਂ ਗੀਆਂ ਰਾਜ ਸੀ ਟੁੱਟਰਾ ਉਸ ਹੀ ਡੀਆਂ ਡਾ ਕੇ ਤੇ ਅੱਗੇ ਪੰਜਾਬ ਦਾ ਨੁਕਸਾਨ ਕੀਤਾ ਗਿਆ ਅੱਗੇ ਪੰਜਾਬ ਦਾ ਨੁਕਸਾਨ ਕਰਕੇ ਹਰਿਆਣਾ ਦਾ ਫਾਇਦਾ ਕੀਤਾ ਗਿਆ ਹੁਣ ਪੰਜਾਬ ਦਾ ਨੁਕਸਾਨ ਕਰਕੇ ਹਿਮਾਚਲ ਦਾ ਫਾਇਦਾ ਕਰਨ ਦੇ ਯਤਨ ਹੋ ਰਹੇ ਆ ਜਿਹਦੇ ਸਬੰਧ ਚ ਪੰਜਾਬ ਦੀ ਹੋਣ ਵਾਲੀ ਸਰਕਾਰ ਸਖਤ ਆ ਇਹ ਜਿਹੜਾ ਛਾਨਣ ਪ੍ਰੋਜੈਕਟ ਦਾ ਮਾਮਲਾ ਪਿਛਲੀਆਂ ਸਰਕਾਰਾਂ ਨੇ ਵੇਲੇ ਸਿਰ ਲੈ ਕੇ ਜਾਣਾ ਚਾਹੀਦਾ ਸੀ ਸੁਪਰੀਮ ਕੋਰਟ ਚ ਲੈ ਕੇ ਨਹੀਂ ਗਿਆ ਹੁਣ ਪੰਜਾਬ ਸਰਕਾਰ ਲੈ ਕੇ ਗਈ ਤੇ ਇਹਦੀ ਪੈਰਵਾਈ ਚ ਢਿੱਲ ਨਹੀਂ ਰਹਿਣੀ ਚਾਹੀਦੀ ਸਾਰੇ ਕੇਸ ਦੀ ਪੂਰੀ ਪੜਵੀ ਕੀਤੀ ਜਾਣੀ ਚਾਹੀਦੀ ਹੈ ਤੇ ਪੰਜਾਬ ਦੇ ਹੱਕਾਂ ਦੀ ਨਿਰਾਖੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਨਵਾਂ ਡਾਕਾ ਵੱਜਣ ਦਾ ਕੋਈ ਮਾਹੌਲ ਨਾ ਬਣ ਸਕੇ। ਆਪਨੋ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਆ ਗੁਆਂਢੀ ਸੂਬੇ ਹਰਿਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਿਸਾਨ ਲੀਡਰਾਂ ਨੇ ਤੇ ਕਿਸਾਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਜੀ। ਅੱਜ ਵੀ ਕਹਿੰਦੇ ਆ ਕਿ ਕੁਝ ਕੁ ਲੀਡਰਾਂ ਦਾ ਵਿਰੋਧ ਹੋਇਆ ਇਹ ਕਿੱਦਾਂ ਨੂੰ ਗੱਲ ਜਾਂਦੀ ਲੱਗਦੀ ਪਈ ਪੰਜਾਬ 'ਚ ਵੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ। ਦੇਖੋ ਕਿਸਾਨਾਂ ਦੇ ਖਿਲਾਫ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਬਿੱਲ ਲਿਆਂਦੇ ਸੀ ਚੌਥਾ ਬਿਜਲੀ ਬਿੱਲ ਲਿਆਉਣਾ ਸੀ ਇਹਨਾਂ ਬਿੱਲਾਂ ਦੇ ਖਿਲਾਫ ਜਿੰਨਾ ਕੁ ਮੈਨੂੰ ਯਾਦ ਜਨਵਰੀ 2019 ਚ ਸਭ ਤੋਂ ਪਹਿਲੀ ਮੀਟਿੰਗ ਬਲਬੀਰ ਸਿੰਘ ਰਾਜੇਵਾਲ ਨੇ ਸੱਦੀ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਕਿਸੇ ਦੇ ਚਿੱਤ ਚਿੱਤੇ ਹੋਣੀ ਸੀ ਕਿ ਆ ਬਿਜ ਪੈਣ ਲਈ ਉਹਦੇ ਵਿੱਚ ਉਦੋਂ ਸਾਰਿਆਂ ਨੇ ਆਖਿਆ ਸੀ ਸਾਥ ਦੇਾਂਗੇ ਭਾਜਪਾ ਬੜੇ ਚੁੱਪ ਰਹੇ ਸਨ ਫਿਰ ਉਸ ਤੋਂ ਬਾਅਦ ਸੰਘਰਸ਼ ਹੋਣਾ ਸ਼ੁਰੂ ਹੋਇਆ ਕੋਵਿਡ ਦੇ ਦਿਨਾਂ ਚ ਪੂਰੇ ਜੋਰ ਨਾਲ ਸੰਘਰਸ਼ ਹੱਥੋਂ ਚੱਲਦਾ ਚੱਲਦਾ ਦਿੱਲੀ ਪਹੁੰਚ ਗਿਆ ਤੇ ਨਰਿੰਦਰ ਮੋਦੀ ਸਰਕਾਰ ਬਜੇਤ ਤੇ ਰਹੀ ਬਜੇਦ ਰਹੀ ਆਪਣੀ ਜਿੱਤ ਤੇ ਕਾਇਮ ਰਹੀ ਤੇ ਉਹਨਾਂ ਨੇ ਉਹ ਤਿੰਨ ਬਿੱਲ ਪਾਸ ਕਰ ਦਿੱਤੇ ਇਹ ਸੰਘਰਸ਼ ਹੋਰ ਵੱਧ ਗਿਆ ਅਖੀਰ ਇੱਕ ਮੌਕਾ ਇਹੋ ਜਿਹਾ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤਰਫਾ ਤੌਰ ਤੇ ਉਹ ਬਿੱਲ ਵਾਪਸ ਲੈ ਲੇ ਕਿਸਾਨਾਂ ਨੂੰ ਆਖਿਆ ਜਾਓ ਇਹ ਕਹਿੰਦੇ ਜੇ ਐਲਾ ਨਹੀਂ ਕੀਤਾ ਪਾਰਲੀਮੈਂਟ ਚ ਪਾਸ ਕਰੋ ਫਿਰ ਜਾਵਾਂਗੇ ਜਿੱਦਾਂ ਪਾਰਲੀਮੈਂਟ ਚ ਪਾਸ ਕੀਤੇ ਸੀ ਉਸੇ ਤਰ੍ਹਾਂ ਹੀ ਰੱਦ ਕਰਨ ਦਾ ਵੀ ਜਿਹੜਾ ਫੈਸਲਾ ਸੀ ਪਾਰਲੀਮੈਂਟ ਤੋਂ ਪਾਸ ਕਰਾ ਕੇ ਆਖਿਆ ਜਾਓ ਉਹ ਕਹਿੰਦੇ ਜੀ ਜਾਵਾਂਗੇ ਪਰ ਉਦੋਂ ਜਦੋਂ ਇੱਤੇ ਦਸਕਤ ਰਾਸ਼ਟਰਪਤੀ ਦੇ ਵੀ ਹੋ ਜਾਣਗੇ ਉਹਨਾਂ ਰਾਸ਼ਟਰਪਤੀ ਤੋਂ ਵੀ ਦਸਕਤ ਕਰਾਤੇ ਕਹਿੰਦੇ ਹੁਣ ਤਾਂ ਕੋਈ ਕਸਰ ਨਹੀਂ ਜਾਓ ਇਹ ਉੱਠ ਕੇ ਆਗੇ ਕਿ ਹੁਣ ਤਾਂ ਕੋਈ ਕਸਰ ਨਹੀਂ ਪਰ ਅਜੇ ਕਸਰ ਰਹੀ ਦੀ ਸੀ ਰੈਕਟਰ ਪਈ ਦੇ ਦਸਕਤ ਹੋ ਕੇ ਬਿੱਲ ਰੱਦ ਹੋ ਗਏ ਸਨ ਪਰ ਰੱਦ ਹੋਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤੇ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੋਵੇ ਕੋਈ ਵੀ ਪਾਸ ਕੀਤਾ ਕਾਨੂੰਨ ਲਾਗੂ ਨਹੀਂ ਹੁੰਦਾ ਇਹ ਨੋਟੀਫਿਕੇਸ਼ਨ ਜਾਰੀ ਕਰਾਏ ਵਗੈਰ ਆ ਗਏ ਇੱਥੇ ਆ ਕੇ ਚੋਣਾ ਲੜਨ ਦੇ ਨਾਂ ਤੇ ਆਪੋ ਵਿੱਚ ਪਾਟ ਕੇ ਜਦੋਂ ਇਹਨਾਂ ਦੀਆਂ ਜਥੇਬੰਦੀਆਂ ਪਾਟਣ ਲੱਗ ਪਈਆਂ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਤੇ ਅਮਲ ਰੋਕ ਦਿੱਤਾ ਤੇ ਪੰਜਾਬ ਨਾ ਹੋਇਆ ਤੱਕਾ ਫਿਰ ਪਾਰਲੀਮੈਂਟ ਚੋਣਾ ਆ ਗਈਆਂ ਉਹਨਾਂ ਚੋਣਾਂ 'ਚ ਕਿਸਾਨਾਂ ਨੇ ਪੰਜਾਬ ਵਿੱਚ ਵੀ ਹਰਿਆਣਾ 'ਚ ਵੀ ਭਾਜਪਾ ਲੀਡਰਾਂ ਦਾ ਉਹਨਾਂ ਦੇ ਉਮੀਦਵਾਰਾਂ ਦਾ ਥਾਂ-ਥਾਂ ਵਿਰੋਧ ਕੀਤਾ। ਜੀ ਸਭ ਤੋਂ ਬਹੁਤਾ ਵਿਰੋਧ ਤਾਂ ਹਾਸਰਾ ਜਹਸ ਦਾ ਹੀ ਹੋਇਆ। ਪਤਾ ਨਹੀਂ ਕਿਉਂ ਉਹਨੂੰ ਨਿੱਜੀ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਉਹ ਤਾਂ ਦਿੱਲੀ ਦਾ ਐਮਪੀ ਸੀ ਉਹਦਾ ਇੱਥੇ ਸਿੱਧਾ ਕਸੂਰ ਕੋਈ ਨਹੀਂ ਸੀ। ਪਰ ਉਹਨੂੰ ਨਿੱਜੀ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਤੇ ਉਹ ਇਹਨੂੰ ਭੁਗਤਦਾ ਰਿਹਾ। ਚਲੋ ਉਹ ਮਸਲਾ ਵੱਖਰਾ ਸੀ। ਹਰਿਆਣਾ ਦੇ ਵਿੱਚ ਵੀ ਕੁਝ ਹੀ ਹੁੰਦਾ ਰਿਹਾ। ਜਲਦੀ ਐਜੀਟੇਸ਼ਨ ਦੌਰਾਨ ਇੱਕ ਵਾਰੀ ਹਰਿਆਣਾ ਦਾ ਮੁੱਖ ਮੰਤਰੀ ਮਨੋਰ ਲਾਲ ਖੱਟਰ ਆਪਣੇ ਹਲਕੇ 'ਚ ਆਇਆ ਸੀ ਕਰਨਾਲ 'ਚ ਉਹਦੀ ਸਟੇਜ ਲੱਗੀ ਸੀ ਕਿਸਾਨਾਂ ਆ ਕੇ ਸਟੇਜ ਤੋੜਦੇ ਜਿੱਥੇ ਉਹਦਾ ਹੈਲੀਕਾਪਟਰ ਉਤਰਨਾ ਸੀ ਹੈਲੀਕਪਟਰ ਪੁੱਟਦਾ ਸੀ ਇੱਥੋਂ ਤੱਕ ਵੀ ਆ ਸੀ ਉਦੋਂ ਬਾਅਦ ਵੀ ਉਹਨਾਂ ਨੂੰ ਅਕਲ ਨਹੀਂ ਆਈ ਐਸ ਵੇਲੇ ਕਦੇ ਕੰਗਣਾ ਪੁੱਠਾ ਬੋਲਦੀ ਆ ਕਦੇ ਕੰਗਣਾ ਰਡੌਤਵਾਂਗ ਦੋ ਤਿੰਨ ਮੰਤਰੀ ਉਹਨਾਂ ਦੇ ਹੁਣ ਉਹ ਕਰੀ ਜਾਂਦੇ ਨਹੀਂ ਜੀ ਉਦੋਂ ਗਲਤੀਆਂ ਆਈਆਂ ਹੁਣ ਤੁਸੀਂ ਮaaf ਕਰ ਦਿਓ ਹੁਣ ਕਿਸਾਨ ਗੁੱਸੇ 'ਚ ਨੇ ਅਸਪੜ ਦੀਆਂ ਰਿਪੋਰਟਾਂ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵੇਲੇ ਪੰਜਾਬ ਚ ਭਾਜਪਾ ਦੇ ਉਮੀਦਵਾਰਾਂ ਤੇ ਲੀਡਰਾਂ ਦਾ ਵਿਰੋਧ ਹੋਇਆ ਉਹਦੇ ਨਾਲੋਂ ਜ਼ਿਆਦਾ ਤਿੱਖਾ ਵਿਰੋਧ ਅਸਪੜੇ ਕਰਨਾ ਉੱਥੇ ਹਰਿਆਣਾ ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਹੋ ਰਿਹਾ ਕੱਲ ਦੀ ਇੱਕ ਵੀਡੀਓ ਤੁਰੇ ਫਿਰਦੀ ਹੈ ਇੱਕ ਇੱਕ ਉਮੀਦਵਾਰ ਦੀ ਗੱਡੀ ਘੇਰ ਕੇ ਸਾਰੇ ਪਾਸੇ ਰਾਹ ਘੇਰ ਕੇ ਖਲੋਗੇ ਕਿਸਾਨ ਤੇ ਉਹ ਗੱਡੀ ਛੱਡ ਕੇ ਤੇ ਪਰੇ ਨੀਵੇਂ ਥੜਾ ਪਾਣੀ ਖਿਲੋਤਾ ਉਸ ਪਾਣੀ ਦੇ ਵਿੱਚ ਦੀ ਉਹ ਔਖਾ ਹੋ ਕੇ ਲੰਘਦਾ ਪਿਆ ਲੋਕਾਂ ਕੋਲ ਜਾਣ ਵਾਸਤੇ ਉਹਦੀ ਗੱਡੀ ਵੀ ਨਹੀਂ ਲੰਘਣ ਦਿੱਤੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਮੈਨਾਂ ਗੱਲਾਂ ਨੂੰ ਕੋਈ ਚੰਗਾ ਨਹੀਂ ਸਮਝਿਆ ਕਿਸ ਤਰ੍ਹਾਂ ਘੇਰ ਕੇ ਕਿਸੇ ਨੂੰ ਪਾਣੀ ਦੇ ਵਿੱਚੋਂ ਚਿਕੜ ਚੋਂ ਛੱਪੜ ਚੋਂ ਲੰਘਣ ਵਾਸਤੇ ਮਜਬੂਰ ਕੀਤਾ ਜਾਵੇ ਜੀ ਪਰ ਜਦੋਂ ਹਰਿਆਣੇ ਦੇ ਲੀਡਰ ਕਿਸਾਨਾਂ ਦੀ ਚੱਲਦੀ ਐਜੀਟੇਸ਼ਨ ਦੌਰਾਨ ਬਹੁਤ ਪੁੱਠਾ ਸਿੱਧਾ ਬੋਲਦੇ ਰਿਹਾ ਉਹਨਾਂ ਨੇ ਹਰ ਕਿਸਮ ਦੇ ਖਾਲਸਤਾਨੀ ਅੱਤਵਾਦੀ ਕੀ ਕੁਛ ਨਾ ਨਹੀਂ ਆਖਿਆ ਕੰਗੜਾ ਰਣੋਤ ਤੇ ਇਹ ਵੀ ਕਹਿੰਦੀ ਸੀ ਇਹਨਾਂ ਜਿਹੜੀਆਂ ਬੀਬੀਆਂ ਲਿਆਂਦੀਆਂ 100-100 ਰੁਪਏ ਦਿਹਾੜੀ ਤੇ ਲਿਆਂਦੀਆਂ ਇਹਨਾਂ ਦੇ ਲੀਡਰਾਂ ਨੇ ਵੀ ਕੀ ਕੀ ਨਹੀਂ ਆਖਿਆ ਤੇ ਇਹਨਾਂ ਦੇ ਕੇਂਦਰ ਦੇ ਲੀਡਰਾਂ ਭਾਜਪਾ ਵਾਲਿਆਂ ਨੇ ਕਿਸਾਨਾਂ ਨੂੰ ਪਾਕਿਸਤਾਨ ਦੇ ਏਜੰਟ ਵੀ ਆਖਿਆ ਸੀ ਹੁਣ ਵੀ ਜਿਹੜਾ ਕੀਤੀਆਂ ਨੇ ਉਹ ਭੁਗਤਣ ਦਾ ਸਮਾਂ ਆ ਗਿਆ ਹੱਥਾਂ ਦੀਆਂ ਦਿੱਤੀਆਂ ਗੰਢਾਂ ਹੁਣ ਜੇ ਦੰਦਾ ਨਾਲ ਵੀ ਨਹੀਂ ਖੁੱਲਦੀਆਂ ਤੇ ਕਿਸੇ ਦਾ ਕਿਸ ਕੀ ਕਸੂਰ ਆ ਕਿਸਾਨ ਥਾਥਾ ਤੇ ਘਿਰਦੇ ਆ ਉਦੋਂ ਇਹਨਾਂ ਨੇ ਲਾਠੀ ਚਾਰਜ ਕਰਵਾਏ ਸੀ ਕਿਸਾਨਾਂ ਨੂੰ ਕਟਵਾਇਆ ਸੀ ਐਸ ਵਾਰੀ ਵੀ ਕਿਸਾਨ ਦਿੱਲੀ ਚੱਲੇ ਸੀ ਇਹਨਾਂ ਨੇ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਦੇ ਉੱਤੇ ਜਿਸ ਤਰ੍ਹਾਂ ਕੁੱਟੇ ਆ ਇੱਕ ਮੁੰਡਾ ਤੇ ਮਾਰ ਵੀ ਉੱਤਿਆ ਇੱਕ ਨੂੰ ਚੁੱਕ ਕੇ ਲੈ ਗਈ ਹਰਿਆਣੇ ਦੀ ਪੁਲਿਸ ਹਾਈ ਕੋਰਟ ਦੇ ਦਖਲ ਤੇ ਛੁਡਾਇਆ ਉਹਦਾ ਕਰਕੇ ਕਿਸਾਨਾਂ ਦਾ ਗੁੱਸਾ ਤੇ ਇਹ ਹਰਿਆਣੇ ਚ ਭਾਜਪਾ ਦਾ ਚੋਣਾਂ ਵਿੱਚ ਵੀ ਨੁਕਸਾਨ ਕਰ ਸਕਦਾ ਬਿਲਕੁਲ ਪੰਡਤ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਯੂਪੀ ਦੀ ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆ ਨੇ ਕਿਹਾ ਕਿ ਢਾਬਿਆਂ ਦੇ ਉੱਪਰ ਰੈਸਟੋਰੈਂਟ ਤੇ ਨਾਮ ਲਿਖਣਾ ਜ਼ਰੂਰੀ ਹੈ ਜੀ ਕਾਂਵੜ ਯਾਤਰਾ ਦੇ ਦੌਰਾਨ ਇਹ ਮੁੱਦਾ ਉੱਠਿਆ ਸੀ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਇਹ बार-बार ਗੱਲ ਕਿਉਂ ਚੱਲਦੀ ਹੈ ਜੀ ਅੱਗੇ ਇਹ ਵਾਰ-ਵਾਰ ਇਸ ਕਰਕੇ ਗੱਲ ਚੱਲਦੀ ਹੈ ਕਿ ਯੋਗੀ ਦਿੱਤਿਆ ਨਾਥ ਦੀ ਸੋਚਣੀ ਜਿਹੜੀ ਆ ਨਾ ਉਹ ਬੜੀ ਇਸ ਕਿਸਮ ਦੀ ਜਾਪਦੀ ਆ ਜਿਵੇਂ ਦੂਜਿਆਂ ਦੇ ਵਿੱਚੋਂ ਕੁਝ ਲੋਕ ਉਹਨੂੰ ਪਸੰਦ ਨਹੀਂ ਗਏ ਇੱਕ ਖਾਸ ਧਰਮ ਬਾਰੇ ਤੇ ਉਹਦੀ ਨਫ਼ਰਤ ਕਦੇ ਲੁਕੀ ਨਹੀਂ ਉਹ ਜਦੋਂ ਹੈਗਾ ਸੀ ਅਜੇ ਮੁੱਖ ਮੰਤਰੀ ਨਹੀਂ ਸੀ ਬਣਿਆ ਉਦੋਂ Hindu ਧਰਮ ਦੀ ਸ਼ੁੱਧੀ ਲਹਿਰ ਵਿੱਚ ਲਾਈ ਜਿਹੜੇ ਦੂਜੇ ਧਰਮਾਂ 'ਚ ਜਿਨ੍ਹਾਂ ਦਾ ਦਾਦਾ ਪਰਦਾਦਾ ਤੇ ਉਸ ਤੋਂ ਪਹਿਲੇ ਦਾਦੇ ਗਏ ਸੀ ਉਹਨਾਂ ਨੂੰ ਵਾਪਸ ਲਿਆ ਕੇ ਹਿੰਦੂ ਧਰਮ 'ਚ ਸ਼ਾਮਲ ਕਰਨ ਦੇ ਨਾਂ ਤੇ ਧਰਮ ਪਰਿਵਰਤਨ ਦਾ ਪੁੱਠਾ ਗੇਰ ਵੀ ਲਾਉਂਦਾ ਰਿਹਾ ਸੀ ਜੀ ਕਾਂਵੜ ਯਾਤਰਾ ਦੇ ਦੌਰਾਨ ਇਹ ਕਹਿਤਾ ਕਿ ਕਾਂਵੜ ਯਾਤਰਾ ਦੇ ਰਾਹ 'ਚ ਜਿੰਨੇ ਢਾਬੇ ਤੇ ਰੈਸਟੋਰੈਂਟ ਆ ਸਾਰਿਆਂ ਤੇ ਢਾਬਾ ਮਾਲਕਾਂ ਦੇ ਅਸਲੀ ਨਾਮ ਤੇ ਉਹਨਾਂ ਦੇ ਵਰਕਰਾਂ ਦੇ ਨਾਮ ਲਿਖੇ ਜਾਣ ਉੱਜ ਤੋਂ ਇਹਨਾਂ ਦੇ ਵਰਕਰਾਂ ਦੇ ਨਾਮ ਲਿਖੇ ਜਾਣ ਕਈ ਢਾਬੇ ਹੋ ਜਿੱਥੇ 2-200 ਵਰਕਰ ਕੰਮ ਕਰਦਾ ਲਿਸਟ ਲੱਗੀ ਵੀ ਹੋਵੇਗੀ ਤੇ ਐਡੀ ਵੱਡੀ ਲਿਸਟ ਕਿਹੜੇ ਗਾਹਕ ਨੇ ਆ ਕੇ ਪੜਨੀ ਰੋਟੀ ਖਾਣ ਤੋਂ ਪਹਿਲਾਂ ਉਹ ਕਹਿੰਦਾ ਜੀ ਅਸੀਂ ਚੋਨੇ ਲੋਕਾਂ ਨੂੰ ਸ਼ੁੱਧ ਖਾਣਾ ਦਿੱਤਾ ਜਾਵੇ ਤੇ ਤੁਸੀਂ ਚੈੱਕ ਕਰੋ ਤੁਹਾਡੀਆਂ ਫੂਡ ਸੇਫਟੀ ਦੀਆਂ ਟੀਮਾਂ ਜਾ ਕੇ ਚੈੱਕ ਕਰਨ ਸ਼ੁੱਧਤਾ ਇਸ ਵੇਲੇ ਭਾਰਤ ਵਿੱਚ ਪ੍ਰਸ਼ਾਸਤ ਨਹੀਂ ਮਿਲਦਾ ਰੌਲਾ ਤੇ ਉਹਦਾ ਵੀ ਪਿੰਦਾ ਪਿਆ ਤੇ ਖਾਣਾ ਤੁਸੀਂ ਸ਼ੁੱਧ ਕਿੱਥੋਂ ਦੇ ਦਿਓਗੇ ਮੈਨੂੰ ਨਹੀਂ ਪਤਾ ਕੀ ਕਰਨਗੇ ਪਰ ਜੋ ਤਰੀਕਾ ਵਰਤ ਰਹੇ ਉਹ ਗਲਤ ਆ ਸਮਝਿਆ ਜਾਂਦਾ ਕਿ ਖਾਸ ਧਰਮ ਦੇ ਖਿਲਾਫ ਉਨੇ ਆਖਿਆ ਕਿ ਢਾਬਿਆਂ ਦੇ ਉੱਤੇ ਰੈਸਟੋਰੈਂਟਾਂ ਤੇ ਕੰਮ ਵਰਕਰ ਜਿਹੜੇ ਕਰਦੇ ਨੇ ਉਹਨਾਂ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਇਹਦੇ ਉੱਤੇ ਮੈਂ ਸਹਿਮਤ ਆ। ਕਈਆਂ ਥਾਵਾਂ ਤੇ ਚੋਰ, ਲਟੇਰੇ, ਡਾਕੂ ਵੀ ਭੇਸ ਬਦਲ ਕੇ ਕਿਸੇ ਔਰਤਾਂ ਜੁਰਮ ਕੀਤਾ ਹੁੰਦਾ ਤਾਂ ਕਿਸੇ ਔਰਤਾਂ ਜਾ ਕੇ ਕੰਮ ਕਰੀ ਜਾਂਦੇ ਕਿਸੇ ਨੂੰ ਪਤਾ ਨਹੀਂ ਲੱਗਦਾ। ਪਰ ਉਹ ਪੁਲਿਸ ਵੈਰੀਫਿਕੇਸ਼ਨ ਦਾ ਮਾਮਲਾ ਹੋ ਰਿਹਾ ਉਹ ਤੇ ਜੁਰਮ ਰੋਕਣ ਵਾਸਤੇ ਆ। ਇੱਥੇ ਉਹ ਚੇਚੇ ਤੌਰ ਤੇ ਹੀ ਆਖਣਾ ਕਿ ਮਾਲਕਾਂ ਦਾ ਅਸਲੀ ਨਾਮ ਤੇ ਸਟਾਫ ਤੇ ਸਾਰੇ ਨਾਮ ਲਿਖੇ ਜਾਣ ਇਹ ਖੇਡਤਾ ਦੂਸਰੀ ਸੰਸਾਰ ਜੰਗ ਵੇਲੇ ਜੋ ਜਰਮਨੀ ਚ ਹਿਟਲਰ ਨੇ ਕੀਤੀ ਸੀ ਉਹ ਆ ਉਹਨੇ ਵੀ ਆਖਿਆ ਸੀ ਜਿਹੜੀ ਦੁਕਾਨ ਤੇ ਜਾਂਦੇ ਪਹਿਲਾਂ ਪਤਾ ਕਰ ਲਿਆ ਕਰੋ ਦੁਕਾਨ ਦਾ ਮਾਲਕ ਕੌਣ ਆ ਜੇ ਯਹੂਦੀ ਦੁਕਾਨ ਮਾਲਕ ਹੋਵੇ ਜਿਉ ਹੋਵੇ ਉਹਦੀ ਦੁਕਾਨ ਤੋਂ ਸਮਾਨ ਲੈਣਾ ਬੰਦ ਕਰ ਦਿਓ ਇਸ ਢੰਗ ਨਾਲ ਉਹਨਾਂ ਦਾ ਕਾਰੋਬਾਰ ਤਬਾਹ ਕੀਤਾ ਸੀ ਕਿ ਉਹਨਾਂ ਵਿਚਾਰਿਆਂ ਦੇ ਕੋਲ ਕੋਈ ਰਾਹ ਨਹੀਂ ਸੀ ਰਹਿ ਗਿਆ ਤੋ ਜਰਮਨੀ ਤੋਂ ਭੱਜਣ ਵਾਸਤੇ ਮਜਬੂਰ ਹੋ ਗਏ ਸੀ ਜਿਹੜੀ ਯੋਗੀ ਦਿੱਤਿਆਨਾਸ਼ ਦੀ ਸਰਕਾਰ ਹੈ ਪਿਛਲੇ ਸਮੇਂ ਚ ਇਹਨਾਂ ਦੇ ਬਹੁਤ ਹੀ ਐਕਸ਼ਨ ਇਹੋ ਜਿਹੇ ਰਹੇ ਆ ਜਿਹੜੇ ਇੱਕ ਖਾਸ ਕਮਿਊਨਿਟੀ ਇੱਕ ਖਾਸ ਭਾਈਚਾਰੇ ਦੇ ਖਿਲਾਫ ਸੀ ਔਰ ਇਹ ਵੀ ਪਤਾ ਲੱਗਾ ਕਿ ਜਿਹੜੇ ਆ ਬਲਡੋਜ਼ਰ ਐਕਸ਼ਨ ਕੀਤੇ ਜਾਂਦੇ ਰਹੇ ਇਹਨਾਂ ਐਕਸ਼ਨਾਂ ਦੇ ਵਿੱਚੋਂ ਵੀ ਵੱਡਾ ਹਿੱਸਾ ਉਸ ਖਾਸ ਭਾਈਚਾਰੇ ਦੇ ਖਿਲਾਫ ਹੀ ਹੁੰਦਾ ਰਿਹਾ ਜੇ ਇਸ ਤਰ੍ਹਾਂ ਕੀਤਾ ਜਾਣਾ ਤੇ ਉਹਦਾ ਰੌਲਾ ਤੇ ਪਵੇਗਾ ਹੀ ਪਵੇਗਾ हां ਇਹ ਗੱਲ ਦੇ ਉੱਤੇ ਫਿਰ ਸਾਰੇ ਸਹਿਮਤ ਆ ਕਿ ਜੇ ਲੋਕਾਂ ਨੂੰ ਸਾਫ ਸੁਥਰਾ ਖਾਣਾ ਦਵਾਣਾ ਚਾਹੁੰਦੇ ਹਣ ਤੇ ਉਹਦੇ ਉੱਤੇ ਕੋਈ ਅਰਜ਼ ਨਹੀਂ ਪਰ ਸਾਫ ਸੁਥਰਾ ਖਾਣਾ ਇਸ ਗੱਲ ਦੀ ਕੀ ਗਾਰੰਟੀ ਆ ਕਿ ਫਲਾਣੇ ਧਰਮ ਵਾਲੇ ਜਿਹੜੇ ਉਹ ਖਾਣਾ ਸਾਫ ਸੁਥਰਾ ਖਾਣਾ ਦੇਣਗੇ ਤੇ ਫਲਾਣੇ ਵਾਲੇ ਨਹੀਂ ਜੋਗੀ ਜੀ ਕਹਿ ਸਕਦੇ ਆ ਮੈਂ ਤਾਂ ਸਿਰਫ ਰੈਸਟੋਰੈਂਟ ਮਾਲਕਾਂ ਦੇ ਤੇ ਕਾਮਿਆਂ ਦੇ ਨਾਂ ਲਿਖਣ ਵਾਸਤੇ ਇਹ ਕਿਹਾ ਇਹ ਜੇ ਧਰਮ ਕਿੱਥੋਂ ਆ ਗਿਆ ਮੈਂ ਧਰਮ ਦੀ ਗੱਲ ਨਹੀਂ ਕੀਤੀ ਠੀਕ ਹੈ ਉਹ ਕਹਿਣਗੇ ਪਰ ਸੱਚੀ ਗੱਲ ਇਹੋ ਹੀ ਆ ਇਹ ਲਿਖ ਦਿੱਤਾ ਜਾਵੇ ਤਾਂ ਕਿ ਜਿਹੜੇ ਉੱਥੇ ਆਉਣ ਉਹ ਬਹਿਣ ਤੋਂ ਪਹਿਲਾਂ ਇਹ ਸੋਚ ਲਿਆ ਕਰਨ ਕਿ ਇਸ ਧਰਮ ਦਾ ਸਾਡੇ ਧਰਮ ਦਾ ਇੱਥੇ ਕੋਈ ਬੰਦਾ ਹੈਗਾ ਕਿ ਨਹੀਂ ਤੇ ਜੇ ਦੂਜੇ ਧਰਮ ਵਾਲੇ ਬੈਠੇ ਆ ਤੇ ਅਸੀਂ ਇੱਥੇ ਰੋਟੀ ਖਾਣੀ ਆ ਕਿ ਨਹੀਂ ਖਾਣੀ ਇਹ ਇੱਕ ਖਾਸ ਤਰੀਕੇ ਨਾਲ ਅਣ ਐਲਾਨੇ ਤੌਰ ਦੇ ਉੱਤੇ ਸਮਾਜ ਨੂੰ ਧਰਮ ਦੇ ਨਾਂ ਦੇ ਉੱਤੇ ਵੰਡਣ ਦੀ ਬੜੀ ਗਹਿਰੀ ਚਾਲ ਜਾਂਦੀ ਆ ਅੱਗੇ ਮਸਲਾ ਅਦਾਲਤਾਂ 'ਚ ਗਿਆ ਸੀ ਅਦਾਲਤਾਂ ਕਹਿ ਚੁੱਕੀਆਂ ਕਿ ਇਸ ਤਰ੍ਹਾਂ ਦੇ ਨਾਲ ਲਿਖਣ ਲਿਖਾਉਣ ਤੇ ਸਾਰਾ ਕੁਝ ਧਰਮ ਦੇ ਬਾਰੇ ਚ ਸਾਫ ਕਰਨ ਦਾ ਕੋਈ ਮਤਲਬ ਨਹੀਂ ਔਰ ਇਹ ਅਗੇ ਤੋਂ ਨਾ ਕੀਤਾ ਜਾਵੇ ਉਹਨਾਂ ਨੂੰ ਬਦਲਵੇਂ ਰੂਪ ਵਿੱਚ ਬਦਲਵੇਂ ਢੰਗ ਨਾਲ ਯੋਗੀ ਦਿੱਤਿਆਨਾਥ ਦੀ ਸਰਕਾਰ ਲਾਗੂ ਕਰਨਾ ਚਾਹੁੰਦੀ ਆ ਜਿਹੜਾ ਠੀਕ ਨਹੀਂ ਪਰ ਮਾਈਟ ਇਜ਼ ਰਾਈਟ ਜਿਹਦੇ ਹੱਥੇ ਤਾਕਤ ਹੋਵੇ ਉਹ ਜੋ ਮਰਜ਼ੀ ਕਰਦਾ ਹੁੰਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਬਿਲਕੁਲ ਸਾਬ ਇਹ ਵੰਡੀਆਂ ਪਾਉਣ ਦੀ ਲੱਗਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਹਾਂ ਮਾਮਲਾ ਕਿੱਦਾਂ ਜਾਂਦਾ ਹੈ ਜਾਂਦਿਆਂ ਦੀ ਗੱਲ ਸਿੱਧਰਮਈਆ ਹੁਰਦ ਦੀ ਕਰਨੀ ਹੈ ਮੁੱਖ ਮੰਤਰੀ ਨੇ ਪੰਨੂ ਸਾਹਿਬ ਕਹਿੰਦੇ ਉਹਨਾਂ ਦੇ ਖਿਲਾਫ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਾਮਲਾ ਪੁਰਾਣਾ ਹੈ ਜਾਂ ਫਿਰ ਕੋਈ ਨਵਾਂ ਦਰਜ ਹੋਇਆ ਜੀ ਇੱਥੇ ਮੁੱਖ ਮੰਤਰੀ ਤੇ ਮੰਤਰੀ ਜਦੋਂ ਬਣਦੇ ਆ ਉਦੋਂ ਉਹਨਾਂ ਨੇ ਰੱਬ ਵੀ ਭੁਲਾਇਆ ਹੁੰਦਾ ਤੇ ਰੂਲ ਅਸੂਲ ਵੀ ਭੁਲਾਏ ਹੁੰਦੇ ਜੀ ਸਾਰੇ ਪੁੱਠੇ ਕੰਮ ਕਰਦੇ ਇੱਥੇ ਕੋਣ ਨਹੀਂ ਕਰਦਾ ਪੰਜਾਬ ਦੇ ਵਿੱਚ ਜਿੰਨੇ ਕ ਮੁੱਖ ਮੰਤਰੀ ਰਹਿ ਚੁੱਕੇ ਆ ਪਹਿਲਾਂ ਆ ਹੁਣ ਵਾਲੇ ਦੇ ਖਿਲਾਫ ਤੇ ਅਜੇ ਤੱਕ ਕੋਈ ਗੱਲ ਉੱਠੀ ਨਹੀਂ ਉਹਨਾਂ ਸਰਾਂ ਦੇ ਮੁੱਖ ਮੰਤਰੀ ਹੁੰਦਿਆਂ ਹੀ ਉਹਨਾਂ ਦੇ ਖਿਲਾਫ ਇਹੋ ਜੀਆਂ ਗੱਲਾਂ ਨਿਕਲਣ ਲੱਗ ਪੈਂਦੀਆਂ ਸੀ ਫਲਾਣੇ ਥਾ ਕਰਤਾ ਫਲਾਣੇ ਥਾ ਕਰਤਾ ਔਰ ਕੁਝ ਲੋਕਾਂ ਨੂੰ ਬਾਅਦ ਵਿੱਚੋ ਕੇਸ ਭੁਗਤਨੇ ਵੀ ਪਏ ਤੇ ਕਈ ਕਈ ਸਾਲ ਭੁਗਤਨੇ ਪਏ ਸੀ ਜੀ ਹਰਿਆਣੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲੇ ਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ 10 ਸਾਲ ਕੈਦ ਭੁਗਤਨੀ ਪਈ ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਤੇ ਇੱਕੋ ਦੇ ਤੋਂ ਪਹਿਲਾ ਮੁੱਖ ਮੰਤਰੀ ਦੋਵਾਂ ਨੂੰ ਕੈਦ ਦੀ ਸਜ਼ਾ ਹੋਈ ਸੀ ਭੁਗਤਨੀ ਪਈ ਦਮਨ ਲਾਡੂ ਦੇ ਸਾਬਕਾ ਮੁੱਖ ਮੰਤਰੀ ਜੈ ਲਲਤਾ ਨੂੰ ਕੈਦ ਭੁਗਤਣੀ ਪਈ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੀ ਦੋਸ਼ੀ ਈਕਰਾਰ ਦਿੱਤਾ ਸੀ ਸਿੱਧਾਰ ਮਈਆ ਦਾ ਕੇਸ 20 ਸਾਲ ਪੁਰਾਣਾ ਜਦੋਂ ਮੰਤਰੀ ਹੁੰਦਾ ਸੀ ਤੇ ਅਰਬਨ ਡਵੈਲਪਮੈਂਟ ਸਕੀਮ ਦੇ ਵਿੱਚ ਪਲਾਟਾਂ ਚ ਇਧਰੋਂ ਉਧਰ ਉਹਨੂੰ ਉਹਦੇ ਨਾਲ ਕਰਤਾ ਉਹਦੇ ਤੋਂ ਉਹਦੇ ਨਾਲ ਕਰਕੇ ਉੱਥੋਂ ਅੱਗੇ ਟ੍ਰਾਂਸਫਰ ਕਰਾ ਕੇ ਆਪਣੇ ਨਾਲ ਆਪਣੇ ਨਾਲ ਜਿਹੜਾ ਸੀ ਆਪਣੀ ਜ਼ਮੀਨ ਐਕਵਾਇਰ ਕਰਾ ਕੇ ਉਹ ਜ਼ਮੀਨ ਦਾ ਰੇਟ ਬਾਕੀਆਂ ਦੇ ਇੱਕ ਫਿਰ ਮੁੜ ਕੇ ਆਖਿਆ ਐ ਅਕਵਾਇਰ ਕੀਤੀ ਸੀ ਇਹਨੂੰ ਡੀ ਅਕਵਾਇਰ ਕਰ ਦਿਓ ਯਾਨੀ ਵਾਪਸ ਦੇ ਦਿਓ ਜ਼ਮੀਨ ਵੀ ਵਾਪਸ ਦੇ ਦਿੱਤੀ ਪੈਸੇ ਵੀ ਲੈ ਲੇ ਇਦਾਂ ਦਾ ਬੜਾ ਲੰਬਾ ਚੌੜਾ ਚੱਕਰ ਆ ਜਿਹਨੂੰ ਸਾਰੇ ਨੂੰ ਸਮਝਣਾ ਔਖਾ ਪਰ ਉਹ ਉਹਨਾਂ ਨੇ ਚਲਾਇਆ ਉਸ ਵਕਤ ਦਾ ਭ੍ਰਸ਼ਟਾਚਾਰ ਦਾ ਕੇਸ ਹੈ ਜਿਹੜਾ ਹੁਣ ਨਿਕਲ ਆਇਆ ਉਹਦੇ ਉੱਤੇ ਉਥੋਂ ਦੇ ਲੋਕਪਾਲ ਕੋਲ ਕੇਸ ਗਿਆ ਸੀ ਕਰਨਾਟਕਾ ਦੇ ਇੱਕ ਲੋਕਪਾਲ ਨੇ ਸਾਬਕਾ ਮੁੱਖ ਮੰਤਰੀ ਯਦੂ ਰੱਪਾ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਠਾ ਕੇ ਤੇ ਜੇਲ੍ਹ ਪਹੁੰਚਾਇਆ ਉਹ ਭਾਜਪਾ ਦਾ ਸੀ ਹੋਣ ਵਾਲੇ ਮੁੱਖ ਮੰਤਰੀ ਦੇ ਨਾਲ ਵੀ ਇਹ ਨੌਬਤ ਆ ਸਕਦੀ ਹੈ ਕਿਉਂਕਿ ਲੋਕਪਾਲ ਨੇ ਜਿਹੜਾ ਕੇਸ ਬਣਾਇਆ ਉਹ ਰੱਦ ਕਰਨ ਤੋਂ ਅਦਾਲਤ ਨੇ ਨਾ ਘਟਤੀ ਆ ਸਿੱਧਾ ਰਮਈਆ ਜੀ ਹੋਰ ਲੜਾਈ ਲੜੇਗਾ ਸੁਪਰੀਮ ਕੋਰਟ ਤੱਕ ਵੀ ਜਾਵੇਗਾ ਪਰ ਉਹਦਾ ਵੇਖਣ ਨੂੰ ਜਾਵਦਾ ਹੈ ਕਿ ਕੇਸ ਕੱਚਾ ਨਹੀਂ ਇਹ ਫਸ ਵੀ ਸਕਦਾ ਬਿਲਕੁਲ ਦੇਖਦੇ ਆਪਾਂ ਸਭ ਹਾਲਾਤ ਕਿਦਾਂ ਜਾਂਦੇ ਨੇ ਤੁਸੀਂ ਹਰ ਰੋਜ਼ ਜਿਹੇ ਤਰ੍ਹਾਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਐਸਐਮ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਾਸ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜੁਰ ਸਾਂਝੀ ਕਰੋ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ